ਅਕਸਰ ਵਿਵਾਦਾਂ 'ਚ ਰਹਿਣ ਵਾਲੇ ਪੰਜਾਬੀ ਗਾਇਕ ਐਲੀ ਮਾਂਗਟ ਮੰਗਲਵਾਰ ਨੂੰ ਆਪਣੇ ਵਕੀਲ ਦੇ ਨਾਲ ਲੁਧਿਆਣਾ ਪੁਲਿਸ ਦੇ ਸਾਹਮਣੇ ਪੇਸ਼ ਹੋਏ, ਜਿੱਥੇ ਉਹਨਾਂ ਨੇ ਲੁਧਿਆਣਾ ਦੇ ADCP 2 ਦੇ ਦਫ਼ਤਰ 'ਚੋਂ ਆਪਣੇ ਬਿਆਨ ਦਰਜ ਕਰਵਾਏ। ਤੁਹਾਨੂੰ ਦੱਸ ਦਈਏ ਕਿ ਪਿਛਲੀ ਦਿਨੀ ਲੁਧਿਆਣਾ ਵਿੱਚ ਆਪਣੇ ਦੋਸਤ ਦੇ ਜਨਮ ਦਿਨ ਦੇ ਮੌਕੇ 'ਤੇ ਹਵਾਈ ਫਾਇਰਿੰਗ ਕਰਨ ਦੀ ਵੀਡੀਓ ਸੋਸ਼ਲ ਮੀਡੀਆ 'ਚ ਵਾਇਰਲ ਹੋਣ ਕਾਰਨ ਐਲੀ ਮਾਂਗਟ ਫਿਰ ਤੋਂ ਵਿਵਾਦਾਂ ਵਿੱਚ ਘਿਰ ਗਏ ਸਨ। ਪੁਲਿਸ ਕੋਲੋਂ ਪੇਸ਼ ਹੋਣ ਦੌਰਾਨ ਮੀਡੀਆ ਨਾਲ ਗੱਲ ਕਰਦੇ ਹੋਏ ਐਲੀ ਮਾਂਗਟ ਨੇ ਕਿਹਾ ਕਿ ਜੋ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ, ਅਸਲ ਵਿੱਚ ਉਹ ਇੱਕ ਗਾਣੇ ਦੀ ਸ਼ੂਟਿੰਗ ਦੀ ਵੀਡੀਓ ਹੈ ਜੋ ਕਿਸੇ ਨੇ ਸ਼ਰਾਰਤ ਕਰਦੇ ਹੋਏ ਵਾਇਰਲ ਕਰ ਦਿੱਤੀ ਹੈ। ਕੁਛ ਨਹੀਂ ਜੀ, ਇੱਕ ਜਿਹੜਾ ਵੀਡੀਓ ਕਲਿੱਪ ਵਾਇਰਲ ਹੋਇਆ ਉਹਦਾ ਬਿਆਨ ਲਿਖਾਉਣਾ ਸੀ ਅਤੇ ਉਹ ਬਿਆਨ ਸਾਰੇ ਦੇ ਤੇ ਅਸੀਂ, ਬਾਕੀ ਲੈ ਥੋੜ੍ਹਾ ਜਿਹਾ ਰਹਿੰਦਾ, ਜਦੋਂ ਵੀ ਕੰਪਲੀਟ ਹੋ ਜਾਂਦਾ ਫਿਰ ਦੱਸ ਦੇ। ਬਿਲਕੁਲ, ਸਾਡੀ ਸੀ ਇੱਕ ਗਾਣੇ ਦਾ ਪਾਰਟ ਸੀਗਾ ਲੀਗਲ ਐਕਸ਼ਨ ਦਾ, ਜਿਹਦੇ ਬੇਸਿਸ 'ਤੇ ਸਾਨੂੰ ਮਾਣਯੋਗ ਜੱਜ ਨੇ ਉਹ ਬੇਲ ਜੋ ਵੀ ਹੁੰਦਾ ਉਹ ਦਿੱਤਾ ਹੈ, ਅਤੇ ਉਹੀ ਅਸੀਂ ਦੱਸਣ ਆਏ ਸੀਗੇ ਕਿ ਉਹ ਇੱਕ ਪੁਰਾਣਾ ਵੀਡੀਓ ਹੈ ਜਿਹੜਾ ਕਿ ਉੱਦਾਂ ਹੀ ਵਾਇਰਲ ਕਰਤਾ। ਜਿਵੇਂ ਹੁਣ ਮੇਰਾ ਪਹਿਲਾਂ ਵੀ ਇੱਕ ਕੇਸ ਲੱਗਿਆ, ਕਿਤੇ ਨਾ ਕਿਤੇ ਪਤਾ ਨਹੀਂ ਹੋਣੀ ਇਹਦਾ ਕੀ ਰੀਜ਼ਨ ਹੈ ਕੀ ਨਹੀਂ, ਕਿਉਂਕਿ ਫਿਰ ਹਥਿਆਰ ਹਥੁਰੇ ਐਤਕੀ ਦਿਖਾਉਣੇ ਨਹੀਂ ਸੀਗੇ, ਕਿਉਂਕਿ ਪਹਿਲਾਂ ਹੀ ਇੱਕ ਚੱਕਰ ਚੱਲੀ ਜਾਂਦੀ ਉਹਦੇ ਕਰਕੇ, ਫਿਰ ਅਸੀਂ ਉਹ ਪਾਰਟ ਕੱਢਤਾ ਸੀ। ਹੁਣ ਉਹ ਵੀਡੀਓ ਕਿੱਥੋਂ ਆਈ, ਕਿੱਥੋਂ ਨਹੀਂ, ਕਿਹਨੇ ਲਈ, ਕਿਹਨੇ ਨਹੀਂ, ਉਹ ਵੀਡੀਓ ਲੀਕ ਕਰਤੀ, ਉਹਦੇ ਕਰਕੇ ਸਾਡੇ 'ਤੇ ਇੱਕ ਪਰਚਾ ਹੋ ਗਿਆ। ਅਸੀਂ ਜਿੱਥੇ ਬੈਠੇ ਸੀਗੇ ਨਾ, ਉਹ ਮੇਰੇ ਮਿੱਤਰ ਦਾ ਘਰ ਹੈ, ਉਹਨਾਂ ਕੋਲ ਲਾਇਸੈਂਸ ਦਾ ਵੈਪਨ ਹੈ, ਉਹਨਾਂ ਨੇ ਉਹੀ ਵੈਪਨ ਚੱਕ ਕੇ ਪਾਤਾ ਕਿ ਆਹੀ 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 ਆ, ਬਟ ਉਹ ਫਾਇਰ ਫੂਰ ਤਾਂ ਕਰਿਆ ਹੀ ਨਹੀਂ ਕੋਈ, ਉਹ ਤਾਂ ਇੱਕ ਡੰਮੀ ਸੀਗੀ, ਜਿਵੇਂ ਮੈਂ ਪਹਿਲਾਂ ਵੀ ਦੱਸਿਆ ਇੱਕ ਡੰਮੀ ਸੀਗੀ, ਉਹ ਡੰਮੀ ਦੇ ਵਿੱਚ ਹੋਇਆ ਸੀਗਾ, ਅਤੇ ਇਹਦਾ ਉਹਦੇ ਨਾਲ ਕੋਈ ਲੈਣ ਦੇਣ ਨਹੀਂ ਹੈ। ਉਹ ਜਿਹੜਾ ਲਾਇਸੈਂਸ ਇਹਨਾਂ ਨੇ ਵੈਪਨ ਬਰਾਮਦ ਕਰਿਆ ਉਹਦਾ ਇਹਦੇ ਨਾਲ ਕੋਈ ਲੈਣ ਦੇਣ ਨਹੀਂ ਹੈ। ਹੁਣ ਇਹ ਤਾਂ ਉਹ ਦੱਸਣਗੇ ਕੱਲੂ ਕੋਰਟ ਦੇ ਵਿੱਚ ਸੈਟਿਸਫਾਈ ਹੈਗੇ ਆ ਕਿ ਨਹੀਂ ਹੈਗੇ, ਬਟ ਅਸੀਂ ਆਪਣੇ ਵੱਲੋਂ ਸੈਟਿਸਫੈਕਸ਼ਨ ਪੂਰੀ ਦਿਵਾਤੀ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਮਾਮਲਾ ਦਰਜ ਕਰਕੇ ਐਲੀ ਮਾਂਗਟ ਦੇ ਦੋਸਤ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਸੀ, ਜਿਸ ਤੋਂ ਬਾਅਦ ਐਲੀ ਮਾਂਗਟ ਕੋਰਟ 'ਚ ਪੇਸ਼ ਹੋਏ ਸਨ, ਜਿੱਥੇ ਅਦਾਲਤ ਨੇ 27 ਨਵੰਬਰ ਤੱਕ ਐਲੀ ਮਾਂਗਟ ਦੀ ਗ੍ਰਿਫਤਾਰੀ 'ਤੇ ਰੋਕ ਲਗਾਈ ਹੋਈ ਹੈ। ਬਿਊਰੋ ਰਿਪੋਰਟ, ਵਾਇਸ ਆਫ ਪੰਜਾਬ, ਲੁਧਿਆਣਾ।